खालसा साजना दिवस के पवित्र दिहाड़े नूं समर्पित सिख कौम के चौथे तख्त तख्त श्री दमदमा साहिब समेत वख-वख धार्मिक स्थानां ते सिख संगत वल्लों श्रद्धा ते सत्कार सहित समागमां नूं मनाया जा रहा है। संगतां वल्लों समागम सजाए जा रहे ने। श्रोमणी पंथ अकाली बुढ़ा दल पंजवां तख्त वल्लों भी पवित्र दिहाड़े दे मौके ते समागमां दी शुरुआत कर दित्ती गई है। गुरुद्वारा बेर साहिब देगसर विखे संगतां वल्लों गुरु दर ते आके नतमस्तक होया जा रहा है अते समागमां दे विच शिरकत कीती जा रही है। इस मौके ते दल दे मुखी श्रोमणी सेवा रतन श्रोमणी पंथ रतन सिंह साहिब जथेदार बाबा बलवीर सिंह 96 करोड़ी वल्लों सिख संगत नूं विसाखी अते खालसा साजना दिवस दे पवित्र दिहाड़े दीआं वधाईआं दित्तीआं गईआं ने। इस दे नाल ही उन्हां वल्लों जानकारी दित्ती गई कि कल तों श्री खंड पाठ साहिब जी आरंभ कीते गए ने, अज मद्ध दे भोग पाए गए ने अते कल श्री खंड पाठ साहिब जी दे भोग पाए जाणगे, जिस मौके ते वड्डा समागम भी सजाया जावेगा। उन्हां वल्लों आखिया गया है कि 14 अप्रैल दे दिन बुड्ढा दल वल्लों सिख शास्त्र कला नाल संबंधित गतके दे मुकाबले भी करवाए जा रहे ने अते 15 अप्रैल नूं बाबा बलवीर सिंह 96 करोड़ी दी अगवाई दे विच निहंग सिंह दलां वल्लों महला कढ़िया जावेगा, जिस दे विच घोड़ दौड़ तों इलावा निहंग सिंघां वल्लों वख-वख तरां दे करतब भी दिखाए जाणगे। इस मौके ते बाबा बलवीर सिंह वल्लों संगतां नूं विसाखी दी वधाई देण दे नाल नाल समागमां दे विच हुम-हुमा के पहुंचण दी अपील भी कीती गई है अते नाल ही उन्हां वल्लों संदेश जारी कीता गया कि इन्हां समागमां दे दौरान सारे दिन बुड्ढा दल वल्लों अमृत संचार करवाया जा रहा है अते हजे तक जेड़ी संगत ने अमृत पान नहीं कीता उन्हां वल्लों इस पवित्र दिहाड़े दे मौके ते अमृत संचार कीता जावे अते बाणी अते बाणी दे धारनी बनिया जावे। सब तो पहला मैं देश विदेश दीआं समूह गुरु नानक नाम लेवा संगतां नूं फतेह गजाउंदा। वाहिगुरु जी का खालसा वाहिगुरु जी की फतेह। श्री तख्त श्री दमदमा साहिब ਵਿਖੇ ਪਹੁੰਚੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰਿਆਂ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਅਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਬੇਨਤੀ ਕਰਦਾ, ਆਪਾਂ ਖਾਲਸਾ ਪੰਥ ਦੇ ਸਿਰਜਣਾ ਦਿਵਸ 'ਤੇ ਜਿੱਥੇ ਅੱਜ ਕੱਲ੍ਹ 12 ਤਰੀਕ ਨੂੰ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਅਤੇ ਅੱਜ ਮੱਧ ਦੇ ਭੋਗ ਪਏ ਨੇ ਅਤੇ ਕੱਲ੍ਹ ਜਿਹੜੇ ਵਿਸਾਖੀ ਦੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਨੇ ਉਹਨਾਂ ਨੂੰ ਸਮਰਪਿਤ, ਅਤੇ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ, ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਅਤੇ ਉਦੋਂ ਤੋਂ ਲੈ ਕੇ ਖਾਲਸਾ ਪੰਥ ਜਿਹੜਾ ਵਿਸਾਖੀ ਦਾ ਖਾਲਸਾ ਪੰਥ ਦਾ ਸਿਰਜਣਾ ਦਿਵਸ ਜਿਹੜਾ ਮਨਾਉਂਦਾ ਆ ਰਿਹਾ ਹੈ ਅਤੇ ਉਹ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀਆਂ ਸਮੁੱਚੀਆਂ ਹੀ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਉੱਥੇ ਹੀ ਬੇਨਤੀ ਕਰਦਾ ਕਿ ਆਪਾਂ ਜਿੱਥੇ ਤੱਕ ਸ਼੍ਰੀ ਦਮਦਮਾ ਸਾਹਿਬ ਅਤੇ ਸਾਰੇ ਅਸਥਾਨਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਅਤੇ ਉੱਥੇ ਹੀ ਗੁਰਦੁਆਰਾ ਬੇਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜਾ ਬੁੱਢਾ ਦਲ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦਾ ਹੈੱਡਕੁਆਟਰ ਹੈ, ਉਸ ਅਸਥਾਨ 'ਤੇ ਜਿਹੜੇ ਤਿੰਨੇ ਦਿਨ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ ਅਤੇ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਤਿੰਨੇ ਦਿਨ ਅੰਮ੍ਰਿਤ ਸੰਚਾਰ ਵੀ ਕੀਤਾ ਜਾ ਰਿਹਾ। ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਪਰ ਤਿਆਰ ਬਾਣੀ ਬਾਣੇ ਦੇ ਧਾਰਨੀ ਹੋਣ, ਜਿਵੇਂ ਮਹਾਰਾਜ ਨੇ ਕਿਹਾ ਪੀਓ ਪਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਜਿਹੜਾ ਖੰਡੇ ਬਾਟੇ ਦਾ ਜ਼ਰੂਰ ਅੰਮ੍ਰਿਤ ਛਕੋ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਮਹਾਰਾਜ ਨੇ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਆਪਾਂ ਸਾਰੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ, ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਤਿਆਰ ਪਰ ਤਿਆਰ ਹੋਣ, ਬਾਣੀ ਬਾਣੇ ਦੇ ਧਾਰਨੀ ਹੋਣ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਿੱਥੇ ਹੋਰ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਗੁਰੂ ਦੇ ਲੰਗਰ ਵੀ ਜਿਹੜੇ ਅਤੁੱਟ ਵਰਤਾਏ ਜਾ ਰਹੇ ਨੇ, ਅਤੇ ਨਾਲ ਹੀ ਜਿਹੜਾ 14 ਜਿਹੜਾ ਤਰੀਕ ਨੂੰ ਖਾਲਸੇ ਪੰਥ ਦਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ, ਸਿਰਜਣਾ ਦਿਵਸ ਨੂੰ ਸਮਰਪਿਤ ਹੀ ਜਿਹੜਾ 15 ਤਰੀਕ ਨੂੰ ਵਿਸ਼ਾਲ ਮਹੱਲਾ ਗੁਰਦੁਆਰਾ ਬੇਰ ਸਾਹਿਬ ਗੁਰੂ ਜਿਹੜਾ ਛਾਉਣੀ ਬੁੱਢਾ ਦਲ ਦੀ ਛਾਉਣੀ ਹੈ
ਅਤੇ ਉਸ ਅਸਥਾਨ ਤੋਂ ਜਿਹੜਾ ਵਿਸ਼ਾਲ ਮਹੱਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਦੇ ਜੀ ਨੇ ਬੁੱਢਾ ਦਲ ਦੇ ਪਹਿਲੇ ਮੁਖੀ ਬਾਬਾ ਵਿਨੋਦ ਸਿੰਘ ਜੀ ਨੂੰ ਨਿਸ਼ਾਨ ਅਤੇ ਨਗਾਰਾ ਬਖਸ਼ਿਸ਼ ਕੀਤਾ ਸੀ। ਉਹਨਾਂ ਨਿਸ਼ਾਨ ਨਗਾਰਿਆਂ ਦੀ ਤਾਬਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਦੀ ਅਗਵਾਈ ਦੇ ਵਿੱਚ ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਖੇਡਿਆ ਜਾਵੇਗਾ, ਜੋ ਤਖ਼ਤ ਸਾਹਿਬ ਦੇ ਦਰਸ਼ਨ ਦਦਾਰੇ ਕਰਦੇ ਹੋਏ ਅਤੇ ਮਹੱਲਸਰ ਤੋਂ ਜੰਡਸਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਅਤੇ ਸਟੇਡੀਅਮ ਦੇ ਵਿੱਚ ਜਿੱਥੇ ਘੋੜ ਸਵਾਰੀ ਦੇ ਨਿਹੰਗ ਸਿੰਘ ਫੌਜਾਂ ਨੇ ਜ਼ੋਰ ਦਿਖਾਉਣੇ ਨੇ ਉੱਥੇ ਪਹੁੰਚਣਗੇ। ਉੱਥੇ ਜੰਗਜੂ ਕਰਤਵ ਜਿਹੜੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ 1700 ਦੇ ਵਿੱਚ ਜਿਹੜੇ ਆਰੰਭ ਕੀਤੇ ਅਤੇ ਉਹਨਾਂ ਨੂੰ ਸਮਰਪਿਤ ਜਿਹੜੇ ਵਿਸ਼ਾਲ ਮਹੱਲੇ ਸਜਾਏ ਜਾਣਗੇ। ਉੱਥੇ ਜੰਗਜੂ ਕਰਤਵ ਘੋੜਸਵਾਰੀ ਨੇਜੇਬਾਜ਼ੀ ਗੱਤਕੇ ਦੇ ਜ਼ੋਰ ਸਿੰਘਾਂ ਨੇ ਦਿਖਾਉਣੇ ਨੇ ਅਤੇ ਉੱਥੋਂ ਉਸ ਤੋਂ ਬਾਅਦ ਸਮਾਪਤੀ ਜਿਹੜੀ ਹੈ ਗੁਰਦੁਆਰਾ ਬੇਰ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਹੋਣੀ ਹੈ। ਸਮੁੱਚੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਹੁੰਮ ਹੁਮਾ ਕੇ ਵਿਸਾਖੀ ਦੇ ਜਿਹੜੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੇ ਹੁੰਮ ਹੁਮਾ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਦਰਸ਼ਨ ਦਦਾਰੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਬੇਨਤੀ ਕਰਦਾ, ਜਿਹੜਾ ਮਾਲਵਾ ਗੱਤਕਾ ਕੱਪ ਹੈ, ਵਿਰਸਾ ਸੰਭਾਲ ਮਾਲਵਾ ਗੱਤਕਾ ਕੱਪ, ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਹਰ ਸਾਲ ਜਿਹੜਾ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਕਰਵਾਇਆ ਜਾਂਦਾ ਅਤੇ ਉਹਦੇ ਵਿੱਚ ਵੀ ਆਪਾਂ ਵੱਧ ਚੜ ਕੇ ਹਾਜ਼ਰੀਆਂ ਲਵਾਈਏ, ਦਰਸ਼ਨ ਦਦਾਰੇ ਕਰੀਏ ਅਤੇ ਉਹ ਜੋ ਜੰਗਜੂ ਕਰਤਵ ਗੱਤਕੇ ਦੇ ਜ਼ੋਰ ਨੇ ਸਮੁੱਚੀਆਂ ਜਿਹੜੀਆਂ ਟੀਮਾਂ ਵੱਲੋਂ ਇੱਥੇ ਜਿਹੜੇ ਦਿਖਾਏ ਜਾਣੇ ਨੇ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਜਿਹੜੇ ਸਿੰਘ ਸਾਹਿਬ ਸਾਡੇ ਗਿਆਨੀ ਹਰਪ੍ਰੀਤ ਸਿੰਘ ਜੀ ਸਾਰੇ ਉੱਥੇ ਆ ਕੇ ਜਿਹਨਾਂ ਨੇ ਦਰਸ਼ਨ ਦੇਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।